ਸੂਰੀ ਦੀ ਵੀਡੀਓ ਦੇ ਵਿੱਚ ਜਿਵੇਂ ਸੂਰੀ ਨੇ ਉਹਨੂੰ ਡਾਇਰੈਕਟ ਟਾਰਗੇਟ ਕੀਤਾ ਉਹਦੇ ਮਖੋਟੇ ਨੂੰ ਕੀਤਾ ਉਹਦੇ ਦਾੜਾ ਸਾਹਿਬ ਨੂੰ ਕੀਤਾ ਹੋਰ ਕੱਲਾ ਬਾਤਾਂ ਨੂੰ ਕੀਤਾ ਉਹ ਡਾਇਰੈਕਟ ਕੀਤਾ ਉਹਨੇ ਜੇ ਉਹਦੀ ਥਾਂ ਤੇ ਗੱਗੀ ਪੰਡਤ ਵੀ ਹੁੰਦਾ ਤੇ ਉਸੇ ਭਾਸ਼ਾ ਜਵਾਬ ਦਿੰਦਾ ਜਿਹੜੀ ਚ ਪਰਵਾਨੇ ਨੇ ਦਿੱਤਾ ਦੇਣਾ ਬਣਦਾ ਸੀ ਪਰ ਸਰਕਾਰਾਂ ਕਦੀ ਵੀ ਜਝਾਰੂ ਵਿਅਕਤੀਆਂ ਨੂੰ ਸਿਰ ਚੱਕਣ ਦਾ ਟਾਈਮ ਨਹੀਂ ਦਿੰਦੀ ਜਿਹੜੀ ਗੱਲ ਮੈਂ ਕਰਨੀ ਚਾਹਨਾ ਅੱਜ ਪੰਜਾਬ ਸਰਕਾਰ ਨੂੰ ਜੀ ਖਾਸ ਕਰਕੇ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਨੂੰ ਬੀ ਹਿੰਦੂ ਸਿੱਖ ਏਕਤਾ ਨੂੰ ਬਿਆਨਾਂ ਦੇ ਵਿੱਚ ਪਾ ਕੇ ਦੋ 파ੜ ਨਾ ਕੀਤਾ ਜਾਏ ਜੀ ਇਹ ਤਾਂ ਮਾਹੌਲ ਨੂੰ ਪੰਜਾਬ ਦੇ ਨੂੰ ਕੈਪਟਨ ਅਮਨਿੰਦਰ ਸਿੰਘ ਜੀ ਦੀ ਸਰਕਾਰ ਅੱਜ 90 ਵਾਲੇ ਪਾਸੇ ਲੈ ਕੇ ਜਾ ਰਹੀ ਹੈ ਇਹ ਕਿਤੇ ਨਾ ਕਿਤੇ ਕਾਂਗਰਸ ਦੁਆਰਾ ਫੇਰ ਪੰਜਾਬ ਦੇ ਵਿੱਚ ਇੱਕ ਬਨੌਟੀ ਅਤਵਾਦ ਨੂੰ ਜਨਮ ਦੇਣਾ ਚਾਹੁੰਦੀ ਹੈ। ਜੀ ਉਹਨੇ ਪਾਈ ਉਹਦੇ ਸਟੋਰੀ ਦੇ ਖਿਲਾਫ ਕਹਤਾ ਸੂਰੀ ਨੇ ਉਹਦੇ ਖਿਲਾਫ ਕਹਤਾ ਇਹ ਗੱਲਾਂ ਕਿਤੇ ਵੀ ਮੈਟਰ ਨਹੀਂ ਕਰਨੀਆਂ ਜਦੋਂ ਸਟੇਟ ਦਾ ਮਾਹੌਲ ਖਰਾਬ ਹੋਣਾ ਹੈ। ਅੱਜ ਪਰਵਾਨੇ ਨੇ ਚੱਕ ਕੇ ਪਾਇਆ ਕੱਲ ਨੂੰ 10 ਹੋਰ ਸਿੱਖ ਨੌਜਵਾਨਾਂ ਨੂੰ ਚੱਕ ਕੇ ਪਾ ਦੇਣਗੇ, 15 ਨੂੰ ਹੋਰ ਨੂੰ ਪਾ ਦੇਣਗੇ। ਉਹ ਜਿਹੜੇ ਸਿੱਖ ਨੌਜਵਾਨ ਜ਼ੇਲਾਜ ਜਾਣਗੇ ਉਹਨਾਂ ਟਾਰਗੇਟ ਕਿਹਨੂੰ ਕਰਨਗੇ ਬਾਹਰ ਆ ਕੇ? ਹਿੰਦੂ ਸਮਾਜ ਨੂੰ? ਉਹਨਾਂ ਨੇ ਨਹੀਂ ਦੇਖਣਾ ਵੀ ਕੈਪਟਨ ਮਨਿੰਦਰ ਸਿੰਘ ਸਿੱਖ ਮੁੱਖ ਮੰਤਰੀ ਜੀ ਜਿਉਂ ਨੇ ਪਾਇਆ ਨਾ ਸਰਕਾਰ ਨੇ ਜਿੰਨੀ ਨਫ਼ਰਤ ਪੈਦਾ ਕਰਨੀ ਹੈ ਉਹਨਾਂ ਹਿੰਦੂ ਭਾਈਚਾਰੇ ਦੇ ਖਲਾਬ ਪੈਦਾ ਕਰਕੇ ਉਹਨਾਂ ਨੂੰ ਪਾਣਾ ਹੈ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਹੈ ਦਰਸ਼ਕੋ ਪਿਛਲੇ ਕੁਝ ਦਿਨਾਂ ਤੋਂ ਇੱਕ ਨਿਊਜ਼ ਬੜੇ ਵੱਡੇ ਪੱਤਰ ਤੇ ਉੱਪਰ ਚੱਲਦੀ ਪਈ ਹੈ ਕਿ ਪੰਥਕ ਕਾਕੂ ਵਰਜਿੰਦਰ ਸਿੰਘ ਪਰਮਾਨਾਂ ਗ੍ਰਿਫਤਾਰ ਕੁਝ ਲੋਕ ਪੁੱਛਦੇ ਸੀ ਉਹਨਾਂ ਤੇ ਧਰਮਾਂ 'ਵਾਂ ਕਿਹੜੀਆਂ-ਕਿਹੜੀਆਂ ਲੱਗੀਆਂ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਵੀ ਤਿੰਨ ਧਰਮਾਂ ਉਹਨਾਂ ਦੇ ਉੱਪਰ ਲੱਗੀਆਂ ਨੇ ਪਰ ਆਮ ਕਰਕੇ ਕਿਹਾ ਜਾ ਰਿਹਾ ਸੀ ਕਿ ਉਹਨਾਂ ਨੇ ਭੜਕਾਉ ਭਾਸ਼ਣ ਦਿੱਤੇ ਨੇ ਜਿਦੇ ਵਿੱਚ ਦੋ ਕਮਿਊਨਿਟੀਆਂ ਦੀ ਲੜਾਈ ਹੋ ਸਕਦੀ ਹੈ ਪਰ ਮੈਂ ਚਾਹੁੰਦਾ ਸਾਂ ਕਿ ਅੱਜ ਮੇਰੇ ਨਾਲ ਨੇ ਵੀਰ ਗਗੀ ਪੰਡਤ ਜੀ ਉਹ ਦੱਸਣਾ ਚਾਹੁੰਦੇ ਆ ਵੀ ਕਮਿਊਨਿਟੀਆਂ ਦੀ ਲੜਾਈ ਇੱਕ ਦੂਸਰੇ ਦਾ ਰਿਪਲਾਈ ਦੇਣ ਨਾਲ ਨਹੀਂ ਹੁੰਦੀ ਜਦੋਂ ਧਰਮਾਂ ਤੇ ਗੱਲ ਆ ਜਾਂਦੀ ਹੈ ਉਦੋਂ ਹੁੰਦੀ ਹੈ ਆਓ ਆਪਾਂ ਜਾਣਦੇ ਹਾਂ ਤੇ ਸਭ ਤੋਂ ਪਹਿਲਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਵੀਰ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਧੰਨਵਾਦ ਜੀ ਬਹੁਤ ਬਹੁਤ ਅੱਜ ਦਾ ਮੁੱਦਾ ਆਪਣਾ ਹੈ ਜੀ ਵੀਰ ਬਰਜਿੰਦਰ ਸਿੰਘ ਪ੍ਰਵਾਨਾ ਵੀਰ ਬਰਜਿੰਦਰ ਸਿੰਘ ਪ੍ਰਵਾਨਾ ਦੀ ਅਰੈਸਟ ਪਈ ਹੈ ਅਰੈਸਟ ਪੈਣ ਤੋਂ ਬਾਅਦ ਉਹਨਾਂ ਦਾ ਪੰਜ ਦਿਨ ਦਾ ਰਿਮਾਂਡ ਲਿਆ ਗਿਆ ਰਿਮਾਂਡ ਤੋਂ ਬਾਅਦ ਉਹਨਾਂ ਦੇ ਰਿਮਾਂਡ ਤੋਂ ਪਹਿਲਾਂ ਉਹਨਾਂ ਦੇ ਘਰ ਦੇ ਵਿੱਚ ਰੇਡ ਪਈ ਹੈ ਜਿਦੇ ਵਿੱਚ ਬੁਰੀ ਤਰ੍ਹਾਂ ਹਰ ਚੀਜ਼ ਨੂੰ ਖੋਲਾਰਿਆ ਗਿਆ ਜੋ ਉਹਨਾਂ ਦੀ ਧਰਮ ਪਤਨੀ ਦੇ ਬੋਲ ਨੇ ਵੀ ਘਟੋ ਘਟ ਤੀ ਚੱਲੀ ਜਾਨੇ ਸਾਡੇ ਘਰੇ ਆਏ ਸੀ ਹਰ ਚੀਜ਼ ਨੂੰ ਖੜਕਾਇਆ ਗਿਆ ਖੜਕਾ ਖੜਕਾ ਕੇ ਕੰਧਾਂ ਵੀ ਵੇਖੀਆਂ ਗਈ ਤੁਸੀਂ ਇਸ ਪੂਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਵੀ ਬਰਜਿੰਦਰ ਸਿੰਘ ਪਰਵਾਨਾ ਨੇ ਸੱਚਮੁੱਚ ਤੁਹਾਡੇ ਧਰਮ ਤੇ ਅਟੈਕ ਕੀਤਾ ਆ ਜਾਂ ਕਲਾ ਸੂਰੀ ਨੂੰ ਰਿਪਲਾਈ ਦਿੱਤਾ ਆ ਮਖੂਬ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਸ ਮੈਟਰ ਦੇ ਵਿੱਚ ਮੇਰੇ ਵਿਚਾਰ ਜਾਣਨ ਲਈ ਕਿਉਂਕਿ ਕਿਸੇ ਨਾ ਕਿਸੇ ਸਨਾਤਨੀ ਨੂੰ ਆ ਕੇ ਇਹਦੇ ਵਿੱਚ ਬੋਲਣਾ ਚਾਹੀਦਾ ਸੀ ਮੈਂ ਹਿੰਦੂ ਪ੍ਰਚਾਰਕ ਹੋਂਦੇ ਨਾਤੇ ਭਾਗਾ ਸਮਝਦਾ ਹਾਂ ਵੀ ਮੈਨੂੰ ਬੋਲਣ ਦਾ ਮੌਕਾ ਮਿਲਿਆ ਪਰਵਾਨੇ ਦਾ ਤੇ ਮੇਰੀ ਰੈਸ਼ ਦਾ 17 ਕਿਲੋਮੀਟਰ ਦਾ ਫਰਕ ਹੈ। ਹਮ ਅਕਸਰ ਜਦੋਂ ਮੈਂ ਚੰਡੀਗੜ੍ਹ ਜਾਣਾ ਤੇ ਰਾਜਪੁਰੇ ਰੁੱਕੇ ਜਾਣਾ ਲੋਕਾਂ ਤੋਂ ਗੱਲਾਂ ਬਾਤਾਂ ਸੁਣਨ ਦਾ ਮੌਕਾ ਮਿਲਦਾ ਵੀ ਕਿਵੇਂ ਦਾ ਇਨਸਾਨ ਹੈ ਕਿਵੇਂ ਦਾ ਬੰਦਾ ਹੈ ਕਿਵੇਂ ਦਾ ਨਹੀਂ। ਹਮ ਮੈਨੂੰ ਲੱਗਦਾ ਹੁੰਦਾ ਜਦੋਂ ਮੈਂ ਉਹਦੀਆਂ ਫੇਸਬੁੱਕ ਤੇ ਵੀਡੀਓਜ਼ ਦੇਖਦਾ ਜਾਂ ਹੋਰ ਕੰਮ ਕਰ ਦੇਖਦਾ ਜੇ ਤਾਂ ਗੱਲ ਕਰੀਏ ਸੂਰੀ ਦੀ ਵੀਡੀਓ ਦੀ। ਹਮ ਸੂਰੀ ਦੀ ਵੀਡੀਓ ਦੇ ਵਿੱਚ ਜਿਵੇਂ ਸੂਰੀ ਨੇ ਉਹਨੂੰ ਡਾਇਰੈਕਟ ਟਾਰਗੇਟ ਕੀਤਾ। ਹਮ ਉਦੇ ਮਖੋਟੇ ਨੂੰ ਕੀਤਾ ਉਹਦੇ ਦਾੜਾ ਸਾਹਿਬ ਨੂੰ ਕੀਤਾ ਹੋਰ ਕੱਲਾਂ ਬਾਤਾਂ ਨੂੰ ਕੀਤਾ ਡਾਇਰੈਕਟ ਕੀਤਾ ਉਹਨੇ ਜੇ ਉਹਦੀ ਥਾਂ ਤੇ ਗੱਗੀ ਪੰਡਤ ਵੀ ਹੁੰਦਾ ਹੂੰ ਤੇ ਉਸੇ ਭਾਸ਼ਾ ਜਵਾਬ ਦਿੰਦਾ ਜਿਹੜੀ ਚ ਪਰਵਾਨੇ ਨੇ ਦਿੱਤਾ ਹੂੰ ਦੇਣਾ ਬਣਦਾ ਸੀ ਕਿਉਂਕਿ ਜਿਹੜਾ ਮਰਦ ਦਾ ਬੱਚਾ ਹੈ ਉਹ ਗੱਲ ਸੁਣ ਕੇ ਨਹੀਂ ਉਹ ਹੁੰਦਾ ਜੀ ਕਿਉਂਕਿ ਇੱਥੇ ਛੇੜਾ ਉਹਨਾਂ ਲੋ ਲੋ ਛੇੜਿਆ ਗਿਆ ਨਾ ਕਿ ਪਰਵਾਨੇ ਲੋ ਛੇੜਿਆ ਗਿਆ ਪਰ ਦੂਜੀ ਗੱਲ ਜਿਦੇ ਵਿੱਚ ਪਰਵਾਨੇ ਦੀ ਗ੍ਰਿਫਤਾਰੀ ਕੀਤੀ ਹੈ ਜਾਂ ਪਰਵਾਨੇ ਨਾਲ ਤੱਕਾ ਹੋਇਆ ਉਹ ਸਿਸਟਮ ਹਿੰਦੂ ਤੇ ਸਿੱਖ ਦਾ ਬਣਾ ਕੇ ਜਿਹੜਾ ਗੁਰਦਾਸਪੁਰ ਦੇ ਵਿੱਚ ਪਿਛਲੇ ਦਿਨੀ ਗੁਰਦੁਆਰਾ ਸਾਹਿਬ ਦੇ ਵਿੱਚ ਮਰਡਰ ਹੋਇਆ ਜੀ ਇਹਨਾਂ ਨੇ ਉਹਦੇ ਨਾਲ ਉਹਦੀ ਤਾਰ ਜੋੜੀ ਕਿਉਂਕਿ ਉਹਦੇ ਬਿਆਨ ਆਏ ਠੀਕ ਹੈ ਸਰਗਰਮ ਮੈਂ ੜਕਾਉ ਬਿਆਨ ਸੀ ਵੀ ਠੀਕ ਹੈ ਸੋਧਾ ਲਾਤਾ ਮੈਂ ਉਹਦਾ ਸਮਰਥਨ ਕਰਦਾ ਪਰ ਛੇ ਘੰਟੇ ਬਾਅਦ ਵੀਡੀਓ ਨੇ ਡਿਲੀਟ ਵੀ ਕਰ ਦਿੱਤੀ ਮੈਂ ਤੁਹਾਡੀ ਗੱਲ ਮੰਨ ਗਿਆ ਪਰ ਸਰਕਾਰਾਂ ਕਦੀ ਵੀ ਜਝਾਰੂ ਵਿਅਕਤੀਆਂ ਨੂੰ ਸਿਰ ਚੱਕਣ ਦਾ ਟਾਈਮ ਨਹੀਂ ਦਿੰਦੀਆਂ ਸਮਾਂ 22 ਦਾ ਇਲੈਕਸ਼ਨ ਹੈ ਠੀਕ ਹੈ ਲੋਕਲ ਰਾਜਨੀਤਿਕ ਲੋਕਾਂ ਦੀ ਹਾਂ ਤੇ ਨਾ ਦੇ ਵਿੱਚ ਬਹੁਤ ਵੱਡਾ ਫਰਕ ਹੈ ਜੇ ਤਾਂ ਤੁਸੀਂ ਉਹਨਾਂ ਦੇ ਮੁਤਾਬਕ ਚੱਲੋਗੇ ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਸੌਫਟ ਕੋਰਨਰ ਤੋਂ ਟ੍ਰੀਟ ਕਰਨਗੇ ਜੇ ਤੁਸੀਂ ਉਹਨਾਂ ਦੇ ਇੰਟਰਸਟ ਨੂੰ ਵਾਚ ਨਹੀਂ ਕਰਦੇ ਤੇ ਫਿਰ ਉਹੀ ਸਿਸਟਮ ਬਹੁਤ ਹੀ ਜ਼ਿਆਦਾ ਸਟਰੋਂਗ ਤਰੀਕੇ ਨਾਲ ਹੈਂਡਲ ਕੀਤਾ ਜਾਏਗਾ ਹੁਣ ਜਿਹੜੀ ਗੱਲ ਕਰਨ ਵਾਲੀ ਹੈ ਸਟੇਟ ਦੇ ਵਿੱਚ ਇਹਨਾਂ ਨੇ ਪਰਵਾਨੇ ਦੇ ਉੱਤੇ 120B ਹੂੰ 505 153 ਹੂੰ ਆਈਪੀਸੀ ਲਾ ਕੇ ਮਰਚਾ ਦੇ ਲਿਆ ਹੂੰ ਠੀਕ ਹੈ ਉਹਦੇ ਵਿੱਚ ਸ਼ਾਮਲ ਕਰ ਲਿਆ ਕੋਈ ਗੱਲ ਨਹੀਂ ਜੇ ਕਾਨੂੰਨ ਨੇ ਦੇਖਣਾ ਹੈ ਕਾਨੂੰਨ ਦੇ ਪੱਖਾਂ ਦੇ ਹਿਸਾਬ ਨਾਲ ਜੋ ਕਾਨੂੰਨ ਬਣਦਾ ਉਹ ਹੋ ਗਿਆ ਉਹਦੇ ਮੁਤਾਬਕ ਜੇ ਇਹਨਾਂ ਨੇ ਉਹਦੇ ਬਿਆਨਾਂ ਵੀ ਉਹਨਾਂ ਤੇ ਕਰਨਾ ਸੀ ਜਿੰਨਾ ਕੋ ਉਹਦੇ ਤੇ ਲਾਇਆ ਸੋਰੀ ਤੇ ਉਹਨਾਂ ਕੋਤੇ ਲਾ ਠੀਕ ਹੈ ਜਿਹੜੀ ਗੱਲ ਮੈਂ ਕਰਨੀ ਚਾਹਨਾ ਅੱਜ ਪੰਜਾਬ ਸਰਕਾਰ ਨੂੰ ਜੀ ਖਾਸ ਕਰਕੇ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਨੂੰ ਹੂੰ ਵੀ ਹਿੰਦੂ ਸਿੱਖ ਏਕਤਾ ਨੂੰ ਬਿਆਨਾਂ ਦੇ ਵਿੱਚ ਪਾ ਕੇ ਦੋ 파ੜ ਨਾ ਕੀਤਾ ਜਾਏ ਜੀ ਜਿਹੜੀਆਂ ਧਾਰਾਵਾਂ ਅੱਜ ਉਹਨੂੰ ਆਪਾਂ ਸ਼ਿਕਾਰ ਬਣਾ ਰਹੇ ਆ ਵੀ ਇਹਦੇ ਸੰਬੰਧ ਪਾਕਿਸਤਾਨ ਦੀ ਹੂੰ ਮਰਡਰ ਹੋਇਆ ਗੁਰਦਾਸਪੁਰ ਹੂੰ ਮੈਂ ਮੰਨਦਾ ਪਰਵਾਨਾ ਨੇ ਹਮਾਇਤ ਕੀਤੀ ਹੈ ਹੂੰ ਪਰ ਪਰਵਾਨਾ ਮੌਕੇ ਤੇ ਹੈ ਨਹੀਂ ਸੀ ਨਹੀਂ ਜੀ ਠੀਕ ਹੈ ਉਹ ਆਪਣੇ ਘਰ ਬੈਠਾ ਹੀ ਰਾਜਪੁਰੇ ਸੀ ਉਥੇ 120 ਵੀ ਤੁਸੀਂ ਰੱਖ ਲਿਆ ਸਾਜਿਸ਼ ਹਮ ਧੰਨਵਾਦ ਤੁਹਾਡਾ ਤੁਹਾਡਾ ਕਾਨੂੰਨ ਕਹਿੰਦਾ ਤੁਸੀਂ ਰੱਖ ਲਿਆ ਚੰਗੀ ਅਗਲੇ ਦਾ ਕਾਨੂੰਨ ਕੱਲ ਨੂੰ ਵਕੀਲ ਪੇਸ਼ ਹੋਏਗਾ ਜੋ ਜਸਟਿਸ ਨੇ ਮੰਨਣਾ ਹੋਏਗਾ ਮੰਨ ਲਏਗਾ ਪਰ ਜਿੰਨੀ ਕੁ ਉਹਦੇ ਘਰ ਆ ਕੇ ਪਰਿਵਾਰ ਦੀ ਬੇਇਜ਼ਤੀ ਕੀਤੀ ਜਾ ਰਹੀ ਹੈ ਇਹ ਤਾਂ ਮਾਹੌਲ ਨੂੰ ਪੰਜਾਬ ਦੇ ਨੂੰ ਕੈਪਟਨ ਅਮਨਿੰਦਰ ਸਿੰਘ ਜੀ ਦੀ ਸਰਕਾਰ ਅੱਜ 90 ਵਾਲੇ ਪਾਸੇ ਲੈ ਕੇ ਜਾ ਰਹੀ ਹੈ 90 ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਸੀ ਇਸ ਤਰ੍ਹਾਂ ਲੋਕਾਂ ਨੂੰ ਤੰਗ ਕੀਤਾ ਜਾਂਦਾ ਸੀ ਪਰੇਸ਼ਾਨ ਕੀਤਾ ਜਾਂਦਾ ਸੀ ਉਹ ਨੌਜਵਾਨ ਸਮੇਂ ਦੇ ਸਤਾਏ ਹੋਣ ਕਾਰਨ ਹਥਿਆਰ ਚੱਕਦੇ ਸੀ ਅੱਜ ਫੇਰ ਆਪਾਂ ਕਿਤੇ ਨਾ ਕਿਤੇ ਪਰਵਾਨੇ ਨੂੰ ਇੱਕ ਟਾਰਗੇਟ ਕਰਕੇ ਪੰਜਾਬ ਦੀ ਨੌਜਵਾਨੀ ਨੂੰ ਕਿਰਾਏ ਪਾ ਰਹੇ ਹਾਂ ਕਤਲ ਕਿੰਨੇ ਹੁੰਦੇ ਆ ਰੋਜ਼ ਪੰਜਾਬ 'ਚ 302 ਦੁਨੀਆ ਤੇ ਲੱਗਦੀ ਆ ਜੀ ਪੁਲਿਸ ਫੜਦੀ ਆ ਰਿਮਾਂਡ ਲੈਂਦੀ ਆ ਧਾਰਾ ਲਾਉਂਦੀ ਆ ਭੇਜ ਦਿੰਦੀ ਆ ਕਿੰਨਿਆਂ ਦੇ ਘਰ 'ਚ ਮੈਨੂੰ ਡੀਜੀਪੀ ਸਾਹਿਬ ਦੱਸਣ ਪੰਜਾਬ ਦੇ ਵੀ ਜਾ ਕੇ ਇਸ ਪ੍ਰਕਾਰ ਦੀ ਰੇਡ ਕੀਤੀ ਜਾਂਦੀ ਹੈ ਸਮਾਨ ਬਾਹਰ ਥੁੱਟਿਆ ਜਾਂਦਾ ਹੈ ਪਰਿਵਾਰ ਨੂੰ ਤੰਗ ਕੀਤਾ ਜਾਂਦਾ ਹੈ ਉਹਦੇ ਕਿਦੇ ਕਿਦੇ ਰਿਲੇਸ਼ਨ ਪਾਕਿਸਤਾਨ ਜੋੜੇ ਜਾਂਦੇ ਹਮ ਮਰਡਰ ਹੋ ਗਿਆ ਬਹੁਤ ਦੁਖਦਾਈ ਘਟਨਾ ਸੀ ਕਿਉਂਕਿ ਜਿਹੜਾ ਫੌਜੀ ਹੈ ਆਰਮੀ ਮੈਨ ਹੈ ਦੇਸ਼ ਦੀ ਰੱਖਿਆ ਕਰ ਰਿਹਾ ਕੋਈ ਕਿਸੇ ਧਰਮ ਦਾ ਨਹੀਂ ਉਹ ਸਿੱਖਾਂ ਵਾਸਤੇ ਵੀ ਬੰਦੂਕ ਲੈ ਕੇ ਖੜਾ ਉਹ ਹਿੰਦੂਆਂ ਵਾਸਤੇ ਵੀ ਖੜਾ ਹੈ 크ਰਿਸਚੀਅਨਾਂ ਵਾਸਤੇ ਵੀ ਖੜਾ ਹੈ ਮੁ슬ਮਾਨਾਂ ਵਾਸਤੇ ਵੀ ਖੜਾ ਉਹ ਸਾਰਿਆਂ ਲਈ ਉੱਥੇ ਸੁਰੱਖਿਆ ਵਾਸਤੇ ਬਾਰਡਰ ਤੇ ਤਣਾਤ ਹਮ ਬਹੁਤ ਦੁੱਖ ਹੋਇਆ ਇਸ ਗੱਲ ਦਾ ਕਿਸ ਗੱਲ ਦੀ ਨਿੰਦਿਆ ਵੀ ਕਰਦੇ ਆ ਵੀ ਪ੍ਰਵਾਨਾ ਜੀ ਉਹਨਾਂ ਦੀ ਹਮਾਇਤ ਕਰਤੀ ਪਰ ਜਿਹੜਾ ਕੰਮ ਅੱਜ ਸਟੇਟ ਸਰਕਾਰ ਪ੍ਰਵਾਨੇ ਨਾਲ ਕਰ ਰਹੀ ਹੈ ਹੂੰ ਉਹਦੀ ਹਮਾਇਤ ਕੌਣ ਕਰਦਾ ਉਹਦੇ ਸਿਸਟਮ ਦੇ ਵਿੱਚ ਕੌਣ ਖੜਦਾ ਆ ਕੇ ਹੂੰ 302 ਦਾ ਪਰਚਾ ਹੈ ਉਹਨੂੰ ਲਾਓ ਜਿਹੜੀਆਂ ਘਟਨਾਵਾਂ ਹੋ ਗਈਆਂ ਹੋ ਗਈਆਂ ਖਤਮ ਕਰੋ ਉਹਨੂੰ ਗੱਲ ਨੂੰ ਭੇਜੋ ਜੇਲ ਜੀ ਰਿਮਾਂਡ ਖਤਮ ਹੁੰਦਾ ਨਹੀਂ ਜੇਲ ਭੇਜੋ ਪਰ ਉਹਦੇ ਸਬੰਧ ਪਾਕਿਸਤਾਨ ਨਾਲ ਜੋੜਨੇ ਉਹਦੇ ਸਬੰਧ ਵਿਦੇਸ਼ਾਂ 'ਚ ਜੋੜਨੇ ਉਦੇ ਅਕਾਊਂਟ ਚੈੱਕ ਕਰਨੇ ਇਹ ਕਿਤੇ ਨਾ ਕਿਤੇ ਕਾਂਗਰਸ ਦੁਆਰਾ ਫੇਰ ਪੰਜਾਬ ਦੇ ਵਿੱਚ ਇੱਕ ਬਨੌਟੀ ਅੱਤਵਾਦ ਨੂੰ ਜਨਮ ਦੇਣਾ ਚਾਹਦੀ ਹੈ ਜੇ ਹੁਣ ਮੰਨ ਲਓ ਇਸ ਤੋਂ ਬਾਅਦ 5 ਦਿਨ ਦੇ ਰਿਮਾਂਡ ਤੋਂ ਬਾਅਦ ਜੇ ਜੁਡੀਸ਼ੀਅਲ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਉਸ ਤੋਂ ਬਾਅਦ 5-7 ਦਿਨਾਂ ਬਾਅਦ ਉਹਨਾਂ ਦੀ ਬੀਲ ਹੋ ਜਾਂਦੀ ਹੈ ਜਾਂ ਇਹ ਜਿਹੜੇ ਤਿੰਨ ਨੇ ਇਹ ਧਾਰਾਵਾਂ ਲੱਗੀਆਂ ਰਹਿੰਦੀਆਂ ਨੇ ਸਮਾਪਾ ਕੇ ਇੱਕ ਟੁੱਟ ਜਾਂਦੀਆਂ ਨੇ ਪਰ ਜਿਉਣਾ ਤੇ ਕੋਈ ਯੋਆਪਾ ਲਾ ਦਿੱਤੀ ਜਾਂਦੀ ਹੈ ਜਾਂ ਐਨਆਈ ਦੇ ਕਿਤੇ ਪੇਸ਼ੀ ਹੁੰਦੀ ਹੈ ਜਾਂ ਕਿਸੇ ਪ੍ਰਕਾਰ ਹੁੰਦਾ ਹੈ ਫਿਰ ਇੱਕ ਸਵਾਲ ਪੈਦਾ ਹੋ ਜਾਂਦਾ ਫਿਰ ਮੇਰੇ ਕੋਲ ਇੱਕ ਸਨਾਤਨੀ ਨੂੰ ਬੋਲਣਾ ਚਾਹੀਦਾ ਸਨਾਤਨੀ ਨੂੰ ਬੋਲਣਾ ਚਾਹੀਦਾ ਦੇਖੋ ਦੁਬਾਰਾ ਫੇਅਰ ਸਟੇਟ ਨੂੰ ਹਨੇਰੇ ਚ ਸੁੱਟਣ ਦੀ ਥਾਂ ਹਮ ਸਮਸਤ ਸਨਾਤਨੀਆਂ ਨੂੰ ਆ ਕੇ ਸੜਕ ਤੇ ਸੰਘਰਸ਼ ਕਰਨਾ ਚਾਹੀਦਾ ਹਮ ਬਿਲਕੁਲ ਲੜਾਈ ਲੜਨੀ ਚਾਹੀਦੀ ਹੈ ਇਹ ਜਿਹੜਾ ਗੱਲ ਹੈ ਇਹ ਸਰਕਾਰ ਦੇ ਪੈਨ ਦੀ ਕਲਮ ਨੂੰ ਰੋਕਣਾ ਤਾਂ ਹਜੂਮ ਨੂੰ ਪੈਣਾ ਜੇ ਹਜੂਮ ਪੰਜਾਬ ਦੀ ਏਕਤਾ ਤੇ ਅਖੰਡਤਾ ਚਾਹੁੰਦਾ ਹੈ ਆਪਣੇ ਪੰਜਾਬ ਸ਼ਾਂਤੀ ਚਾਹੁੰਦੇ ਆ ਤੇ ਅਜੀਆਂ ਘਟਨਾਵਾਂ ਨੂੰ ਮਨਸੂਬਿਆਂ ਨੂੰ ਸਰਕਾਰਦਿਆਂ ਨੂੰ ਬਿਲਕੁਲ ਸੰਘਰਸ਼ਪੂਰਵਕ ਰੋਕਣਾ ਪੈਣਾ ਜੇ ਪਰਮਾਨੇ ਦੇ ਉੱਪਰ ਕੋਈ ਇਸਤਰੀ ਕਿਤੇ ਧਰਮਾਂ ਲੱਗਦੀਆਂ ਨੇ ਫਿਰ ਤੁਸੀਂ ਪੰਜਾਬ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇੱਕ ਗੱਲ ਸੁਣੋ ਉਹਦੇ ਵਿੱਚ ਦਲਜੀਤ ਸਿੰਘ ਕਸ਼ਮੀਰ ਵੀ ਹੈ ਮਿਲਜੋ ਮੈਂ ਪੰਜਾਬ ਉਹ ਮੈਟ੍ਰਿਕ ਅਲੱਗ ਆ ਗਿਆ ਨਾ ਇਹਨਾਂ ਦੇ ਕਿਤੇ ਅਜੇ ਤੱਕ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਇੱਕ ਬਿਆਨ ਨੂੰ ਆਧਾਰ ਬਣਾ ਕੇ ਉਹਨਾਂ ਦੇ ਅਨੇਕਾਂ ਬਿਆਨਾਂ ਨੂੰ ਆਧਾਰ ਬਣਾਇਆ ਗਿਆ ਹੋਵੇਗਾ ਜਦੋਂ ਕਿਸੇ ਬੰਦੇ ਨੂੰ ਪਰਸਨਲ ਟਾਰਗੇਟ ਕਰਨਾ ਹੈ ਗਵਰਨਮੈਂਟ ਨੇ ਕਰਨਾ ਹੈ ਗਵਰਨਮੈਂਟ ਤਾਂ ਪਾਣੀ ਪੀਂਦਿਆਂ ਨੂੰ ਵੀ ਟਾਰਗੇਟ ਕਰਕੇ ਜੇਲਤ ਬੰਦੀ ਬਣਾ ਸਕਦੀ ਹੈ ਕਿਉਂਕਿ ਗਵਰਨਮੈਂਟ ਦਾ ਮਤਲਬ ਹੀ ਇੱਕ ਮਿੰਟ ਚ ਗੌਰ ਕਰ ਲਈ ਉਹਨਾਂ ਨੇ ਠੀਕ ਹੈ ਇਸ ਤਰ੍ਹਾਂ ਦੇ ਬਿਆਨ ਜਿਵੇਂ ਦੇ ਪ੍ਰਵਾਨੇ ਦੇ ਬਿਆਨ ਐਜ ਇਨਸਾਨੀਅਤ ਦੇ ਨਾਤੇ ਸੈਂਕੜੇ ਸ਼ਿਸ਼ਨਿਕ ਦਿੰਦੇ ਆ ਸੈਂਕੜਿਆਂ ਹੋਰ ਪ੍ਰਵਾਨੇ ਵਰਗੇ ਸਾਥੀ ਦਿੰਦੇ ਆ ਬਿਲਕੁਲ ਕਿੰਨਿਆਂ ਦੇ ਖਿਲਾਫ ਕਾਰਵਾਈ ਹੋ ਗਈ ਹਮ 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 ਮੈਂ 40 ਵੀਡੀਓ ਇਹ ਕੱਢ ਕੇ ਰੱਖ ਦਿੰਨਾ ਮੌਲਵੀਆਂ ਦੀਆਂ ਜਿਹੜੀਆਂ ਠੋਕ ਵਜਾ ਕੇ ਕਹਿ ਰਹੇ ਆ ਵੀ 2027 ਦੇ ਵਿੱਚ ਭਾਰਤ ਹੈ ਜਿਹੜਾ ਉਹ ਟੋਟਲ ਦਾ ਟੋਟਲ ਮੁਸਲਮ ਕੰਟਰੀ ਹੋਏਗੀ ਉਹਨਾਂ ਦੇ ਖਿਲਾਫ ਕਾਰਵਾਈ ਹੋ ਜਾਣੀ ਚਾਹੀਦੀ ਹਮ ਭਾਰਤ 'ਚ ਬੈਠੇ ਆ ਉਹਨੂੰ ਚੱਕ ਕੇ ਪਾਓ ਜੇਲ੍ਹ 'ਚ ਹਮ ਹਮ ਅੱਜ ਜਿਹੜਾ ਸਿਸਟਮ ਹੈ ਸਿਰਫ ਤੇ ਸਿਰਫ ਹਿੰਦੂ ਸਿੱਖ ਏਕਤਾ ਨੂੰ ਤੋੜਨ ਵਾਸਤੇ ਫੁੱਲ ਫਲੱਜ ਗਵਰਨਮੈਂਟ ਦਾ ਬਣਾਇਆ ਹੋਇਆ ਪਲਾਨ ਹੈ ਚੈਨਲ ਦੇ ਮਾਧਮ ਰਾਹੀਂ ਸਮੂੱਚੇ ਭਾਈਚਾਰੇ ਨੂੰ ਬੇਨਤੀ ਕਰਦਾ ਵੀ ਥੋੜਾ ਜਿਹਾ ਸੱਜੇ ਖੱਬੇ ਦੇਖ ਕੇ ਬਰੀਕੀ ਨਾਲ ਵਾਚੋ ਜਿਹੜੇ ਅੱਜ ਨੌਜਵਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ 1992 93 ਜੀ ਵੀ ਕੀਤਾ ਗਿਆ 87 88 ਜੀ ਵੀ ਕੀਤਾ ਗਿਆ ਇਸ ਕਰਕੇ ਆਪਾਂ ਨੂੰ ਜਜ਼ਬਾਤੀ ਹੋਣ ਦੀ ਲੋੜ ਨਹੀਂ ਹੈ ਵੀ ਉਹਨੇ ਪਾਈ ਉਹਦੇ ਸਟੋਰੀ ਦੇ ਖਿਲਾਫ ਕਹਤਾ ਉਹ ਸੂਰੀ ਨੇ ਉਹਦੇ ਖਿਲਾਫ ਕਹਤਾ ਇਹ ਗੱਲਾਂ ਕਿਤੇ ਵੀ ਮੈਟਰ ਨਹੀਂ ਕਰਨੀਆਂ ਜਦੋਂ ਸਟੇਟ ਦਾ ਮਾਹੌਲ ਖਰਾਬ ਹੋਣਾ ਅੱਜ ਪਰਵਾਨੇ ਨੂੰ ਚੱਕ ਕੇ ਪਾਇਆ ਕੱਲ ਨੂੰ 10 ਹੋਰ ਸਿੱਖ ਨੌਜਵਾਨਾਂ ਨੂੰ ਚੱਕ ਕੇ ਪਾ ਦੇਣਗੇ 15 ਨੂੰ ਹੋਰ ਨੂੰ ਪਾ ਦੇਣਗੇ ਉਹ ਜਿਹੜੇ ਸਿੱਖ ਨੌਜਵਾਨ ਜ਼ਿਲ੍ਹਾ 'ਚ ਪਾਣਗੇ ਉਹਨਾਂ ਟਾਰਗੇਟ ਕਿਹਨੂੰ ਕਰਨਗੇ ਬਾਹਰ ਆ ਕੇ ਹਮ ਹਿੰਦੂ ਸਮਾਜ ਨੂੰ ਹਮ ਉਹਨਾਂ ਨੇ ਨਹੀਂ ਦੇਖਣਾ ਵੀ ਕੈਪਟਨ ਮਨਿੰਦਰ ਸਿੰਘ ਸਿੱਖ ਮੁੱਖ ਮੰਤਰੀ ਜੀ ਵੀ ਉਹਨੇ ਪਾਇਆ ਨਾ ਸਰਕਾਰ ਨੇ ਜਿੰਨੀ ਨਫ਼ਰਤ ਪੈਦਾ ਕਰਨੀ ਆ ਉਹਨਾਂ Hindu ਭਾਈਚਾਰੇ ਦੇ ਖਿਲਾਫ ਪੈਦਾ ਕਰਕੇ ਉਹਨਾਂ ਨੂੰ ਪਾਣਾ ਹੈ ਇਸ ਕਰਕੇ ਜੇ ਪਰਵਾਨੇ ਦੇ ਖਿਲਾਫ ਕੋਈ ਵੀ ਕਾਰਵਾਈ ਸਰਕਾਰ ਕਰਦੀ ਹੈ ਮੈਂ ਬਿਲਕੁਲ ਫੁੱਲ ਫਲਾਜੋ ਦੇ ਨਾਲ ਉਹਦੀ ਹਮਾਇਤ 'ਤੇ ਖੜੂ ਹਾਂ ਬਿਲਕੁਲ ਜੀ ਦਿਲ ਦੀਆਂ ਗੱਲਾਂ ਕਿਹਾ ਤਾਂ ਮੈਂ ਤੁਹਾਡਾ ਧੰਨਵਾਦ ਹਾਂ ਸੋ ਦਰਸ਼ਕੋ ਗੱਲ ਤੋਂ ਬੜਾ ਸਮਝਿਆ ਜੀ ਜਿਵੇਂ ਵੀਰ ਨੇ ਗੱਲ ਕੀਤੀ ਹੈ ਵੀ अनेका ਸ਼ਿਵ ਸੈਨਿਕ ਜੋ ਆਪਣੇ ਆਪ ਦੇ ਨਾਲ ਸ਼ਿਵ ਸੈਨਾ ਸ਼ਬਦ ਜੋੜਦੇ ਨੇ ਕਿਉਂਕਿ ਮੈਨੂੰ ਕੋਈ ਹੱਕ ਨਹੀਂ ਹੈ ਕਿ ਮੈਂ ਕਿਸੇ ਦੇ ਇਹਨਾਂ ਨਾਮਾਂ ਦੇ ਉੱਪਰ ਉਂਗਲ ਚੁੱਕਾਂ ਜਾਂ ਟਾਰਗੇਟ ਕਰਾਂ ਪਰ ਪਿਛਲੇ ਦਿਨਾਂ ਦੇ ਵਿੱਚ ਇੱਕ ਸ਼ਿਵ ਸੈਨਿਕ ਵੀਰ ਦਾ ਬਿਆਨ ਆਇਆ ਸੀ ਮੇਰੇ ਖਿਆਲ ਪਟਿਆਲੇ ਤੋਂ ਸੀ ਉਹਨਾਂ ਨੇ ਵੀ ਬਿਆਨ ਦਿੱਤਾ ਸੀ ਕਿ ਸਿਰਫ ਇੱਕੋ ਹੀ ਸ਼ਿਵ ਸੈਨਾ ਰਜਿਸਟਰਡ ਹੈ ਬਾਕੀ ਸਭ ਆਪੂ ਆਪਣੀਆਂ ਬਣਾਈਆਂ ਨੇ ਕੰਨੀਆਂ ਨੇ ਚੁਣ ਲੈਂਦੇ ਨੇ ਇੱਕ ਰਾਸ਼ਟਰੀਆ ਪ੍ਰਧਾਨ ਇੱਕ ਅੰਤਰਰਾਸ਼ਟਰੀਆ ਇੱਕ ਹੋਰ ਬਣਾ ਲਿਆ ਜਾਂਦਾ ਤੇ ਆਪਸ ਦੇ ਵਿੱਚ ਉਹਦੇ ਬਾਰੇ ਵੀਰਾਂ ਨੇ ਵੀ ਤੁਹਾਨੂੰ ਦੱਸਿਆ ਬੀ ਰਾਸ਼ਟਰੀਆ ਪ੍ਰਧਾਨ ਜਿਹੜੇ ਨੇ ਕਿਸੇ ਵੀ ਅਦਰ ਪਾਰਟੀ ਦੇ ਹੋਣ ਤੇ ਕਿਤੇ ਵੀ ਜਾ ਕੇ ਇਲੈਕਸ਼ਨ ਲੜਦੈਨ ਪੋਲੀਟੀਕਲ ਪਾਰਟੀ ਦੇ ਉਹ ਜਿੱਤਣਗੇ ਪਰ ਕਹਿੰਦੇ ਇਹ ਜਿਹੜੇ ਰਾਸ਼ਟਰੀਆ ਪ੍ਰਧਾਨ ਨੇ ਕਿਤੋਂ ਕਾਉਂਸਲਰ ਵੀ ਜਿੱਤ ਕੇ ਦਿਖਾਉਣ अनेका ਇਹਨਾਂ ਨੇ ਐਗਜ਼ਾਮਪਲਸ ਦਿੱਤੀਆਂ ਨੇ ਉਹਦੇ ਅਰਥ ਇਹ ਸੀ ਵੀ ਇਹਨਾਂ ਮਗਰ ਨਾ ਬਹੁਮਤ ਹੈ ਨਾ ਇਹਨਾਂ ਦੇ ਮਗਰ ਹਿੰਦੂ ਸਮਾਜ ਹੈ ਪਰ ਹਾਂ ਹਿੰਦੂ ਕਮਜ਼ੋਰ ਹਿੰਦੂ ਨਰਬਲ ਹੋ ਗਿਆ Hindu ਖਤਰੇ ਵਿੱਚ ਹੈ Hindu ਧਰਮ ਖਤਰੇ ਵਿੱਚ ਹੈ Hindu ਡਰਿਆ ਹੋਇਆ ਹੈ ਉਹਨਾਂ ਦੇ ਨਾਮ ਦੇ ਉੱਪਰ ਸਿਕਿਉਰਿਟੀ ਲੈਂਦੇ ਨੇ ਪਰ ਵੀਰ ਨੇ ਗੱਲ ਬੜੀ ਸੁੰਦਰ ਕਹੀ ਹੈ ਕਹਿੰਦੇ ਜੇ ਪਰਮਾਨੰਥ ਜੀ ਦੇ ਉੱਪਰ ਕੋਈ ਸਰਕਾਰ ਨੇ ਅਗਲੀ ਪਾਲਿਸੀ ਬਣਾਈ ਵੀ ਇਹਨਾਂ ਤੇ ਯੂਆਪਾ ਲਾਇਆ ਜਾਵੇ ਜਾਂ ਕਿਸੇ ਵੀ ਪ੍ਰਕਾਰ ਤੇ Hindu ਸਮਾਜ ਵੱਲੋਂ ਇੱਕ ਸਨਾਤਨੀ ਹੋਣ ਦੇ ਨਾਤੇ ਗਗੀ ਪੰਡਤ ਜੀ ਕਹਿੰਦੇ ਵੀ ਸਾਨੂੰ ਫਿਰ ਕੋਈ ਨਾ ਕੋਈ ਐਕਸ਼ਨ ਜਿਹੜਾ ਹੈ ਅੱਗੇ ਹੋ ਕੇ ਕਰਨਾ ਪਵੇਗਾ ਸੋ ਮੈਂ ਸਰਕਾਰ ਨੂੰ ਬੇਨਤੀ ਕਰਾਂਗਾ ਪਰਵਾਨਾ ਇੱਕ ਇੰਝ ਕਹਿ ਸਕਦੇ ਆ ਕਿ ਸੇ ਕੌਮ ਦਾ ਪ੍ਰਚਾਰਕ ਹੈ ਆਮ ਕਰਕੇ ਤੁਸੀਂ ਦੇਖੋਗੇ ਕੋਵਿਡ ਦੇ ਦੌਰਾਨ ਵੀ ਆਪਣੀਆਂ ਸੇਵਾਵਾਂ ਕਰਦਾ ਨਜ਼ਰ ਆਇਆ ਜਜ਼ਬਾਤੀ ਜ਼ਰੂਰ ਹੈ ਪਰ ਕਿਤੇ ਮਨ ਦੇ ਵਿੱਚ ਖੋਟ ਵਾਲਾ ਨਹੀਂ ਇਸ ਕਰਕੇ ਹਰ ਗੱਲ ਨੂੰ ਬੜਾ ਵਿਚਾਰਿਆ ਜਾਵੇ ਤੇ ਉਹਦੇ ਪਰਿਵਾਰ ਨੂੰ ਤੇ ਪਰਵਾਨਾ ਜੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਬੜੀ ਛੇਤੀ ਤੁਹਾਡੀ ਸੇਵਾ ਦੇ ਵਿੱਚ ਆਵਾਂਗਾ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ